ਤਾਂ ਜਿਹੜੀ ਇਹ ਗੱਡੀ ਖੜੀ ਹੈ ਸਭ ਤੋਂ ਪਹਿਲਾਂ ਜਿਹੜੀ ਦੁਨੀਆ ਚ ਜੀਪ ਬਣੀ ਤਾਂ 1941 ਚ ਬਣੀ ਸੀ। ਇਹ 1941 ਮਾਡਲ ਜੀਪ ਹੈ, ਇਹ ਅਮਰੀਕਨ ਜੀਪ ਹੈ। ਇਹ ਦੂਜੀ ਜੰਗੇ ਅਜ਼ੀਮ ਜਿਹੜੀ ਹੋਈ ਉਹ ਫੋਰਡ ਕੰਪਨੀ ਨੇ ਇਹ ਬਣਾਈ ਸੀ। ਜਦੋਂ ਲੜਾਈ ਖਤਮ ਹੋ ਗਈ ਤੇ 1950 ਦੇ ਵਿੱਚ ਫਿਰ ਅਮਰੀਕਨ ਫੌਜ ਨੇ ਆਹ ਗੱਡੀਆਂ ਬਣਾਈਆਂ। ਇਹਨਾਂ ਨੂੰ ਵਿਲੀਜ਼ ਕਹਿੰਦੇ ਆ, ਵਿਲੀਜ਼ ਓਵਰਲੈਂਡ ਕਾਰਪੋਰੇਸ਼ਨ। 1950 ਮਾਡਲ ਹੈ। ਇਹ ਫਿਰ 1965 ਦੀ ਜੰਗ ਦੇ ਵਿੱਚ ਇਹ ਗੱਡੀਆਂ ਪਾਕਿਸਤਾਨ ਦੀ ਫੌਜ ਕੋਲ, ਅਮਰੀਕਨ ਜੀਪ ਹੈ, ਅਮਰੀਕਨ ਜੀਪ ਹੈ, ਇਹਨੂੰ ਕਾਈਜ਼ਰ ਜੀਪ ਕਹਿੰਦੇ ਆ। ਵੈਸੇ ਤਾਂ ਉਹ ਵੀ ਸਾਰੀਆਂ ਅਮਰੀਕਨ ਹੀ ਹੈ, ਅਮਰੀਕਾ ਤੋਂ ਹੀ ਬਣੀਆਂ ਜੀਪਾਂ। ਇਹ ਪਾਕਿਸਤਾਨ ਦੀ ਫੌਜ ਕੋਲ ਸੀ, ਸ਼ਾਇਦ ਹਿੰਦੁਸਤਾਨ ਦੀ ਫੌਜ ਨੇ ਜਿੱਤੀ ਹੋਣੀ ਹੈ, ਪਰ 6 ਸਿਲੰਡਰ ਪੈਟਰੋਲ ਦੀਆਂ ਗੱਡੀਆਂ ਸਾਰੀਆਂ। ਸੋ ਇਹ ਔਰ ਅਗਲੀ ਜਿਹੜਾ ਇਹ ਜਿਹੜਾ ਨਿਸਾਨ ਪੈਟਰੋਲ ਹੈ, ਇਹਨੂੰ ਜੌਂਗਾ ਜੀਪ ਕਹਿੰਦੇ ਆ। ਜਦੋਂ 1962 ਦੀ ਚੀਨ ਨਾਲ ਜੰਗ ਲੱਗੀ ਸੀ ਤਾਂ ਇਹ ਜੀਪਾਂ ਜਿਹੜੀਆਂ ਵਿਲੀ ਸੀ ਇਹ ਬੜੀਆਂ ਕਮਜ਼ੋਰ ਸੀ, ਇਹ ਪਹਾੜ ਵਗੈਰਾ ਨਹੀਂ ਚੜ੍ਹਦੀਆਂ ਸੀ। ਤਾਂ ਫਿਰ ਇਹ ਜਾਪਾਨ ਤੋਂ ਇਹ ਮਾਡਲ ਮੰਗਾਇਆ ਗਿਆ, ਫਿਰ ਇਹ ਜਬਲਪੁਰ ਚ ਬਣਾਉਣ ਲੱਗ ਗਏ। ਤੇ ਇਹਨੂੰ ਇਹ 6 ਸਿਲੰਡਰ ਹੈ, ਬੜੀ ਤਾਕਤਵਰ ਜੀਪ ਹੈ। ਉਸ ਤੋਂ ਬਾਅਦ ਜਿਹੜੀ ਅਗਲੀ ਜੀਪ ਆਉਂਦੀ ਹੈ ਇਹਨਾਂ ਤੇ, ਜਿਹਨੂੰ RCL ਗਨਸ ਕਹਿੰਦੇ ਸੀ, ਰਿਕੋਇਲਸ ਗਨਸ ਹੈ, ਇਹਨਾਂ ਤੇ ਤੋਪਾਂ ਲੱਗੀਆਂ ਹੁੰਦੀਆਂ ਸੀ। ਤੇ ਅਬਦੁਲ ਹਮੀਦ ਨੇ ਪਰਮਵੀਰ ਚੱਕਰ ਜਿਹੜਾ ਇਹ ਜੀਪਾਂ ਨਾਲ ਟੈਂਕ ਪਾਕਿਸਤਾਨ ਦੇ ਤਬਾਹ ਕੀਤੇ ਸੀ। ਔਰ ਫਿਰ ਇਹ 1990 ਮਾਡਲ ਹੈ, ਔਰ 1990 ਮਾਡਲ ਦੇ ਵਿੱਚ ਫਿਰ ਜੀਪ ਇੰਡੀਅਨ ਆਰਮੀ ਤੋਂ ਖਤਮ ਹੋ ਗਈ। ਫਿਰ ਉਹਨਾਂ ਨੇ ਜਿਪਸੀਆਂ ਵਗੈਰਾ, ਸੂਮੋ ਵਗੈਰਾ ਲੈਣੀਆਂ ਸ਼ੁਰੂ ਕਰਤੀਆਂ। ਸੋ ਮੈਨੂੰ ਇਹ ਸਾਰੀਆਂ ਜੀਪਾਂ ਔਰ ਸਵਾਰੀਆਂ ਤਾਂ ਤੁਸੀਂ ਬਹੁਤ ਗਿਣ ਲੀਆਂ, ਪਰ ਮੈਨੂੰ ਲੱਗਦਾ ਇਹਨਾਂ ਦੀ ਕੁੱਲ ਕੀਮਤ ਸ਼ਾਇਦ 10 ਲੱਖ ਤੋਂ ਵੀ ਘੱਟ ਹੋਵੇ। ਮਤਲਬ ਟੋਯੋਟਾ ਇਨੋਵਾ ਤੋਂ ਵੀ ਸਾਰੀਆਂ ਰਲਾ ਵੀ ਲਈਆਂ, ਸਾਰੀਆਂ ਆਕਸ਼ਨ ਤੇ। ਆ ਜਿਹੜਾ ਜੌਂਗਾ ਸੀ 12,000 ਦਾ ਲਿਆ, ਆ 18,000 ਦੀ ਲਈ ਸੀ, ਪਰ ਇਹਨਾਂ ਨੂੰ ਫਿਰ ਅਸੀਂ ਦੱਬ ਵਾਲੀ ਮੰਡੀ ਲਿਜਾ ਕੇ ਇਹਨਾਂ ਨੂੰ ਕੁੱਟ ਕੱਟ ਕੇ ਰੰਗ ਰੋਗਨ ਕਰਕੇ। ਔਰ ਅੱਜ ਕੱਲ ਸਾਨੂੰ ਇਹ ਕਿ ਇੰਟਰਨੈਟ ਤੇ ਸਾਨੂੰ ਅਮਰੀਕਾ ਤੋਂ ਪਾਰਟਸ ਵਗੈਰਾ ਵੀ ਮਿਲ ਜਾਂਦੇ ਹੈ। ਸੋ ਇਹ ਮੇਰਾ ਸ਼ੌਕ ਹੈ। ਔਰ ਇਹ ਜਿਹੜਾ ਤੁਸੀਂ ਬੁਲਟ ਮੋਟਰਸਾਈਕਲ ਦੇਖ ਰਹੇ ਹੋ, ਇਹ ਤਾਂ ਇੰਗਲੈਂਡ ਦਾ ਬਣਿਆ ਹੈ, ਔਰ 500 CC, ਥੋੜਾ ਜਿਹਾ ਕਿਉਂਕਿ ਆਪਣੇ ਤਾਂ ਇੱਥੇ 350 CC ਹੈ, ਇਹ 500 CC ਦੇ ਹੈਗੇ। ਇਹਨੂੰ ATV ਕਹਿੰਦੇ ਆ, ਆਲ ਟਰੇਨ ਵਹੀਕਲ। ਇਹ ਕੱਚੇ ਕੁੱਚੇ ਰਸਤੇ ਜਾਣਾ ਹੋਵੇ ਜੀ, ਤਾਂ ਸਾਰੀਆਂ 4x4 ਜੀਪਾਂ, ਸਾਰੀਆਂ ਪੈਟਰੋਲ ਤੇ ਹੈ। ਇਹ ਸਮੇਂ ਸਮੇਂ ਤੇ ਤੁਸੀਂ ਸਵਾਰੀ ਸਾਰਿਆਂ ਦੀ ਕਰਦੇ ਰਹਿੰਦੇ ਹੋ ਜਾਂ ਕੋਈ ਵਿਸ਼ੇਸ਼ ਦਿਨ ਮਿੱਥਿਆ ਹੋਇਆ? ਨਹੀਂ, ਇਹ ਜਦੋਂ ਵੀ ਮੈਂ ਆਉਂਦਾ ਇੱਕ ਨੂੰ ਸਟਾਰਟ ਕਰਨਾ ਪੈਂਦਾ, ਨਹੀਂ ਤਾਂ ਇਹ ਖੜੀਆਂ ਵੀ ਖਰਾਬ ਹੋ ਜਾਂਦੀਆਂ। ਮਨਪ੍ਰੀਤ ਜੀ, ਇੱਕ ਅਹਿਮ ਸਵਾਲ ਕਿ ਜਿੰਨੇ ਇਹ ਵਹੀਕਲ ਨੇ ਇਹਨਾਂ ਸਾਰਿਆਂ ਦੇ ਮਗਰ 786 ਨੰਬਰ ਹੈ, ਇਹਦਾ ਕੀ ਰਾਜ਼ ਹੈ? ਦੇਖੋ, ਕਿਉਂਕਿ ਮੈਨੂੰ ਉਰਦੂ ਅਦਬ ਨਾਲ ਤੇ ਉਰਦੂ ਜ਼ੁਬਾਨ ਨਾਲ ਮੁਹੱਬਤ ਹੈ, ਔਰ ਜਿਹੜਾ ਕਲਮਾ ਹੈ ਕੁਰਾਨ ਦਾ, ਔਰ ਜਿਹੜਾ ਕਲਮਾ ਲਾ ਇਲਾਹ ਇਲਲਾ ਮੁਹੰਮਦ ਰਸੂਲਿਲਾ, ਕਿਉਂਕਿ ਅਰਬੀ ਜਿਹੜੀ ਜ਼ੁਬਾਨ ਹੈ, ਅਰਬੀ ਉਹਦੇ ਹਰ ਜਿਹੜਾ ਹਰਫ ਹੈ ਉਹਦੀ ਇੱਕ ਉਹਦੇ ਨਾਲ ਇੱਕ ਨੰਬਰ ਵੀ ਜੁੜਿਆ ਹੋਇਆ। ਤੇ ਜੇ ਤੁਸੀਂ ਉਹ ਪੂਰੇ ਕਲਮੇ ਦਾ ਜੋੜ ਕੱਢੋ, ਅਲਫ ਦਾ, ਬੇ ਦਾ, ਤੇ ਦਾ, ਤਾਂ ਉਹ ਸਾਰਾ ਜੋੜ ਕਲਮੇ ਦਾ 786 ਬਣਦਾ। ਸੋ ਜਿਹੜੇ ਸਾਡੇ ਮੁਸਲਮਾਨ ਭਰਾ ਨੇ ਉਹ ਜਦੋਂ ਖਤ ਲਿਖਦੇ ਆ, ਕੋਈ ਰੁੱਕਾ ਲਿਖਦੇ ਆ, ਕੋਈ ਤਾਂ 786 ਤਾਂ ਮੁਕੱਦਸ ਮੰਨਿਆ ਗਿਆ, ਤਾਂ ਉਹ ਫਿਰ ਸਾਰਾ ਕਲਮਾ ਨਹੀਂ ਲਿਖਦੇ ਕਾਗਜ਼ ਤੇ, ਕਿਉਂਕਿ ਕਾਗਜ਼ ਨੂੰ ਕਈ ਵਾਰੀ ਸਿੱਟਣਾ ਪੈਂਦਾ, ਮਚਾਉਣਾ ਪੈਂਦਾ, ਤਾਂ ਫਿਰ ਉਹਨੂੰ 786 ਲਿਖ ਦਿੰਦੇ। ਸੋ ਪੰਜਾਬ ਦੇ ਵਿੱਚ ਕਿਉਂਕਿ ਇਹਦੀ ਅਹਿਮੀਅਤ ਪਤਾ ਨਹੀਂ ਕਿਸੇ ਨੂੰ, ਔਰ ਖਾਸ ਕਰਕੇ ਉਰਦੂ ਜ਼ੁਬਾਨ ਨਾਲ ਤਾਂ ਥੋੜੀ ਜਿਹੀ ਲਾ ਤਲਕ ਹੀ ਹੋ ਗਈ ਹੈ, ਤਾਂ ਇਸ ਕਰਕੇ ਮੈਨੂੰ ਪਤਾ ਹੈ। ਔਰ ਇਹ ਨੰਬਰ ਫ੍ਰੀ ਦੇ ਨੰਬਰ ਸੀ ਪਹਿਲਾਂ, ਹੁਣ ਆਕਸ਼ਨ ਚ ਨਹੀਂ, ਪਰ ਇਹ ਤਾਂ ਆਕਸ਼ਨ ਤੋਂ ਖੈਰ ਬਹੁਤ ਪਹਿਲਾਂ ਦੇ ਲਏ ਹੋਏ ਆ।
ਇਸ ਲਈ ਮੈਂ ਕਿਉਂਕਿ ਐਡਾ ਰੱਬ ਦੇ ਨਾਂ ਦਾ ਨੰਬਰ ਹੈ ਤੇ ਮੁਫ਼ਤ ਚ ਮਿਲਦਾ ਹੈ ਤੇ ਏਦੋ ਵਧੀਆ ਫਿਰ ਕੀ ਕੰਮ ਹੋ ਸਕਦਾ ਕਿ ਸਾਰੀਆਂ ਗੱਡੀਆਂ 786 ਹੈ ਔਰ ਮੈਂ ਰੱਬ ਤੋਂ ਡਰ ਕੇ ਕਹਿੰਦਾ ਵੈਸੇ ਤਾਂ ਜਦੋਂ ਦੇ ਨੰਬਰ ਲਵਾਇਆ ਕੋਈ ਐਕਸੀਡੈਂਟ ਨਹੀਂ ਹੋਇਆ। ਡਰਾਈਵਿੰਗ ਦਾ ਸ਼ੌਂਕ ਮਨਪ੍ਰੀਤ ਜੀ ਇਹ ਕਿਸ ਤਰ੍ਹਾਂ ਪਿਆ ਆਮ ਹੀ ਤੁਹਾਨੂੰ ਵੇਖਿਆ ਜਾਂਦਾ ਕਿ ਮਨਪ੍ਰੀਤ ਇਕੱਲੇ ਬੁਲਟ ਤੇ ਜਾ ਰਹੇ ਹੁੰਦੇ ਨੇ ਜਾਂ ਸਫਾਰੀ ਤੇ ਜਾਂ ਜੀਪ ਤੇ, ਇਹ ਸ਼ੌਂਕ ਕਿਸ ਤਰ੍ਹਾਂ? ਇਹ ਸ਼ੌਂਕ ਨਹੀਂ, ਮੈਂ ਸਮਝਦਾ ਮਜਬੂਰੀ ਹੈ ਕਿਉਂਕਿ ਮੈਨੂੰ ਮੈਂ ਮਾੜੇ ਡਰਾਈਵਰ ਨਾਲ ਨਹੀਂ ਬੈਠ ਸਕਦਾ। ਜੇ ਮਾੜਾ ਡਰਾਈਵਰ ਮੇਰਾ ਗੱਡੀ ਚਲਾਉਂਦਾ ਹੋਵੇ ਤਾਂ ਫਿਰ ਮੈਂ ਉਹਨੂੰ ਟੋਕੀ ਜਾਂਦਾ ਵੀ ਖੱਬੇ ਦੇਖ, ਸੱਜੇ ਵੇਖ, ਬ੍ਰੇਕ ਲਾ, ਉੱਤੇ ਦੇਖ। ਦੋ ਤਿੰਨ ਡਰਾਈਵਰਾਂ ਨੇ ਤਾਂ ਗੱਡੀ ਬੰਦ ਕਰਕੇ ਤੇ ਚਾਬੀ ਸਿੱਟਦੀ ਵੀ ਆਪੇ ਚਲਾ ਲਾ। ਫਿਰ ਅਖੀਰ ਮੇਰੀ ਮਜਬੂਰੀ ਹੈ, ਫਿਰ ਮੈਂ ਆਪ ਹੀ ਗੱਡੀ ਚਲਾਉਂਦਾ ਕਿਉਂਕਿ ਮੈਨੂੰ ਕਿਸੇ ਹੋਰ ਦੀ ਡਰਾਈਵਿੰਗ ਜਿਹੜੀ ਹੈ ਉਹ ਪਸੰਦ ਨਹੀਂ ਆਉਂਦੀ। ਇਸੇ ਨਾਲ ਰਿਲੇਟਡ ਮਨਪ੍ਰੀਤ ਹੋਰਾਂ ਦੇ ਹੋਰ ਸ਼ੌਂਕ ਕੀ ਹੈਗੇ ਨੇ, ਜਿਸ ਤਰ੍ਹਾਂ ਕੋਈ ਜਾਨਵਰ ਪਾਲਣਾ ਜਾਂ ਕੁਝ ਹੋਰ? ਮੇਰਾ ਜਿਹੜਾ ਇੱਕ ਤਾਂ ਜੈਸੇ ਮੈਨੂੰ ਪੜ੍ਹਨ ਦਾ ਬੜਾ ਸ਼ੌਕ ਹੈ, ਕਿਤਾਬਾਂ ਪੜ੍ਹਨ ਦਾ, ਹਿਸਟਰੀ ਦਾ ਖਾਸ ਕਰਕੇ। ਲੇਟਲੀ ਮੈਂ ਇਕਨੋਮਿਕਸ ਵੀ ਪੜ੍ਹਦਾ ਕਾਫੀ ਸ਼ੌਕ ਨਾਲ ਪੜ੍ਹਦਾ, ਬਾਇਓਗ੍ਰਾਫੀਜ਼ ਮੈਨੂੰ, ਔਰ ਮੈਨੂੰ ਉਰਦੂ ਸ਼ਾਇਰੀ ਦਾ ਬੜਾ ਸ਼ੌਕ ਹੈ ਔਰ ਉਰਦੂ ਸ਼ਾਇਰੀ ਦੇ ਵਿੱਚ ਅਲਾਮਾ ਇਕਬਾਲ, ਫੈਜ਼ ਅਹਿਮਦ ਫੈਜ਼, ਹਾਲਾਂਕਿ ਪੰਜਾਬੀ ਸ਼ਾਇਰੀ ਜਿਹੜੀ ਹੈ ਔਰ ਪੰਜਾਬੀ ਸ਼ਾਇਰੀ ਖਾਸ ਕਰਕੇ ਜਿਹੜੇ ਬਜ਼ੁਰਗ ਸਾਡੇ ਸ਼ਾਇਰ ਹੋ ਗੁਜ਼ਰੇ ਹੈ, ਪੀਰ ਵਾਰਿਸ ਸ਼ਾਹ, ਪੀਰ ਬੁੱਲੇ ਸ਼ਾਹ, ਹਾਸ਼ਮ, ਮੀਆਂ ਮੁਹੰਮਦ ਬੂਟਾ, ਡਾਕਟਰ ਫਕੀਰ ਮੁਹੰਮਦ ਫਕੀਰ, ਅੰਮ੍ਰਿਤਾ ਪ੍ਰੀਤਮ, ਜਿਨ੍ਹਾਂ ਨੇ ਪੁਰਾਣੀ ਪੰਜਾਬ ਦੀ ਸ਼ਾਇਰੀ, ਪੰਜਾਬੀ ਸ਼ਾਇਰੀ ਚ ਵੀ ਬੜਾ ਦਮ ਹੈ, ਉਰਦੂ ਸ਼ਾਇਰੀ ਤਾਂ ਬਹੁਤ ਹੀ ਜ਼ਿਆਦਾ ਦਮ ਹੈ। ਮਨਪ੍ਰੀਤ ਖੁਦ ਵੀ ਲਿਖਣ ਦਾ ਸ਼ੌਂਕ ਰੱਖਦੇ ਨੇ, ਜੇ ਕੁਝ ਲਿਖਿਆ ਤਾਂ ਸੁਣਾਓਗੇ? ਕਿਸੇ ਹੋਰ ਦਾ ਤਾਂ ਸੁਣਾ ਸਕਦਾ, ਮੈਂ ਆਪਣਾ ਤਾਂ ਐਡਾ ਨਹੀਂ ਲਿਖਿਆ, ਪਰ ਜੇ ਤੁਸੀਂ ਲਿਖਣਾ ਹੈ ਤਾਂ ਡਾਕਟਰ ਫਕੀਰ ਮੁਹੰਮਦ ਫਕੀਰ ਦਾ ਇੱਕ ਛੋਟਾ ਜਿਹਾ ਕਲਾਮ ਹੈ ਔਰ ਉਹ ਮੈਨੂੰ ਲੱਗਦਾ ਅੱਜ ਕਾਂਗਰਸ ਪਾਰਟੀ ਤੇ ਟੁਕਦਾ ਹੈ। ਉਹ ਕਹਿੰਦਾ ਮੈਂ ਹਾਰ ਦੇ ਮੂੰਹ ਤੇ ਵੀ ਅਸਾਰ ਜਿੱਤ ਦੇ ਵੇਹਨਾ ਆ, ਸਿਕੰਦਰ ਵੇਖਦਾ ਸ਼ੀਸ਼ਾ ਸੀ ਮੈਂ ਤਲਵਾਰ ਵੇਹਨਾ ਆ, ਵਲੇ ਪਾ ਕੇ ਮੇਰੇ ਸਿੱਧੋਂ ਨਿਕਲ ਤੂਫਾਨ ਜਾਂਦੇ ਨੇ, ਮੇਰੇ ਸਾਹਮਣੇ ਆ ਕੇ ਪਹਾੜ ਬਣ ਮੈਦਾਨ ਜਾਂਦੇ ਨੇ,